ਜਿਹੜਾ 16 ਮਰਲੇ ਵੱਡੀ ਮਿਣਤੀ ਦੇ ਵਿੱਚ ਘਰ ਹੈ ਔਰ ਇਹਦੀ ਜਿਹੜੀ ਲੋਕੇਸ਼ਨ ਹੈ ਉਹ ਹਰਿਆਣਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹਰਿਆਣਾ ਸਟੇਸ਼ਨ ਤੋਂ ਕਮਾਈ ਵਾਲੇ ਪਾਸੇ। ਵਧੀਆ ਸਿੰਗਲ ਸਟੋਰੀ, ਨਾਲ ਇਹਦੇ ਇੱਕ ਸ਼ੋਪ ਹੈ, ਆ ਇੱਕ ਸ਼ੋਪ ਹੈ ਨਾਲੇ ਆਊਟਸਾਈਡ, ਵੀ ਕਿਸੇ ਵੀ ਐਕਟੀਵਿਟੀ ਵਾਸਤੇ ਗੱਡੀਆਂ 2-3 ਤੁਸੀਂ ਇੱਥੇ ਪਾਰਕ ਕਰ ਸਕਦੇ ਹੋ। ਇਹਦੇ ਨਾਲ ਐਂਟਰ ਕਰਦੇ ਹਾਂ ਲੈਫਟ ਸਾਈਡ ਨੂੰ, ਇੱਕ ਆਊਟਸਾਈਡ ਜਿਹੜਾ ਵਾਸ਼ਰੂਮ ਦਿੱਤਾ, ਜਿਹਦਾ ਕੰਮ ਆ ਡੋਰ ਦਾ ਤੁਸੀਂ ਦੇਖ ਸਕਦੇ ਹੋ। ਵਧੀਆ ਸੋਲਿਡ ਸਾਰਾ ਵੁੱਡਨ ਦਾ ਕੰਮ ਹੋਇਆ ਇੱਥੇ ਪੋਲਿਸ਼ ਕਰਕੇ। ਕਾਫੀ ਸਪੇਸੀਅਸ ਜਿਹੜਾ ਡਰਾਇੰਗ ਰੂਮ ਹੈ ਉਹ ਲਗਭਗ 11x12 ਦੀ ਡਾਇਮੈਂਸ਼ਨ ਦਾ ਇਹ ਜਿਹੜਾ ਡਰਾਇੰਗ ਰੂਮ ਹੋਊਗਾ। ਆ ਜਿਹੜਾ ਕੋਮਨ ਇੱਕ ਵਾਸ਼ਰੂਮ ਇੱਥੇ ਪ੍ਰੋਵਾਈਡ ਕਰਵਾਇਆ ਗਿਆ। ਸੈਕਿੰਡ ਬੈਡਰੂਮ ਲਗਭਗ 11x12 ਦੀ ਡਾਇਮੈਂਸ਼ਨ ਦਾ ਜਿਹੜਾ ਇਹ ਬੈਡਰੂਮ ਹੋਊਗਾ। ਇਸ ਦੇ ਨਾਲ ਹੀ ਜਿਹੜੀ ਇੱਥੇ ਸਪੇਸ ਦਿੱਤੀ ਗਈ ਹੈ। ਹਾਏ ਦੋਸਤੋ, ਮੈਂ ਦੀਪਕ ਰਾਣਾ, DK ਪ੍ਰੋਪਰਟੀ ਐਂਡ ਕੰਸਟਰਕਸ਼ਨ ਦੇ ਚੈਨਲ 'ਤੇ ਤੁਹਾਡੇ ਨਾਲ ਜ਼ਰੂਰ ਹੋਇਆ। ਅੱਜ ਮੈਂ ਤੁਹਾਨੂੰ ਇੱਕ ਘਰ ਦਿਖਾਉਣਾ ਆ, ਲਗਭਗ ਜਿਹੜਾ 16 ਮਰਲੇ ਵੱਡੀ ਮਿਣਤੀ ਦੇ ਵਿੱਚ ਘਰ ਹੈ ਔਰ ਇਹਦੀ ਜਿਹੜੀ ਲੋਕੇਸ਼ਨ ਹੈ ਉਹ ਹਰਿਆਣਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹਰਿਆਣਾ ਸਟੇਸ਼ਨ ਤੋਂ ਕਮਾਈ ਵਾਲੇ ਪਾਸੇ ਨੂੰ ਲਗਭਗ 15 ਕਿਲੋਮੀਟਰ ਦੇ ਡਿਸਟੈਂਸ 'ਤੇ ਔਰ ਗੜਦੀ ਵਾਲਾ ਇੱਥੋਂ ਜਿਹੜਾ 10 ਕਿਲੋਮੀਟਰ ਡਿਸਟੈਂਸ 'ਤੇ ਹੈ। 16 ਮਰਲੇ ਦੇ ਵਿੱਚ ਇਹ ਹਾਊਸ ਹੈ, ਆਓ ਮੈਂ ਤੁਹਾਨੂੰ ਦਿਖਾਵਾਂ। ਲਗਭਗ 29 ਫੁੱਟ ਦੀ ਜਿਹੜੀ ਇਹਦੀ ਫਰੰਟ ਦੀ ਜਿਹੜੀ ਵਿਡਥ ਹੈ, ਬਾਕੀ ਅੰਦਰ ਸਾਈਡ ਨੂੰ ਜਿਹੜਾ ਡੀਪ ਹੈ ਜਿਹੜਾ ਏਰੀਆ ਪੈ ਜਾਂਦਾ। ਵਧੀਆ ਸਿੰਗਲ ਸਟੋਰੀ, ਨਾਲ ਇਹਦੇ ਇੱਕ ਸ਼ੋਪ ਹੈ, ਆ ਇੱਕ ਸ਼ੋਪ ਹੈ ਨਾਲੇ ਆਊਟਸਾਈਡ। ਵਧੀਆ ਰੋਡ 'ਤੇ ਏਰੀਆ ਪੈਂਦਾ ਇਹ ਨਾਲ ਲੱਗਦਾ। ਅੰਦਰ ਮੈਂ ਲੈ ਕੇ ਚੱਲਾਂ ਤੁਹਾਨੂੰ। ਐਂਟਰ ਕਰਦੇ ਹਾਂ, ਕਾਫੀ ਵਾਈਡ ਏਰੀਆ ਇੱਥੇ ਤੁਹਾਨੂੰ ਪਾਰਕਿੰਗ ਵਾਸਤੇ, ਹੋਰ ਵੀ ਕਿਸੇ ਵੀ ਐਕਟੀਵਿਟੀ ਵਾਸਤੇ ਗੱਡੀਆਂ 2-3 ਤੁਸੀਂ ਇੱਥੇ ਪਾਰਕ ਕਰ ਸਕਦੇ ਹੋ। ਇਹਦੇ ਨਾਲ ਐਂਟਰ ਕਰਦੇ ਹਾਂ ਲੈਫਟ ਸਾਈਡ ਨੂੰ, ਇੱਕ ਆਊਟਸਾਈਡ ਜਿਹੜਾ ਵਾਸ਼ਰੂਮ ਦਿੱਤਾ ਉਹ ਤੁਸੀਂ ਅੰਦਰ ਦੇਖ ਸਕਦੇ ਹੋ। ਨਾਲ ਗੈਰਾਜ ਜਿਹੜਾ ਗੱਡੀ ਵਾਸਤੇ ਦਿੱਤਾ। ਇਸਦੇ ਅੱਗੇ ਵੀ ਜਿਹੜੀ ਕਾਫੀ ਸਪੇਸ ਅੱਗੇ ਜਿਹੜੀ ਛੱਡੀ ਗਈ ਹੈ। ਵਧੀਆ ਸਾਰਾ ਪੱਥਰ ਦਾ ਕੰਮ ਹੋਇਆ ਇੱਥੇ, ਲੱਕੜ ਦਾ ਕੰਮ ਤੁਸੀਂ ਦੇਖ ਸਕਦੇ ਹੋ। ਵਧੀਆ ਪੋਲਿਸ਼ ਕੀਤਾ ਹੋਇਆ ਸਾਰਾ ਇਹ ਮੈਸ਼ ਦੀ ਜਿਹੜਾ ਜਾਲੀ ਦਾ ਕੰਮ, ਆ ਡੋਰ ਦਾ ਤੁਸੀਂ ਦੇਖ ਸਕਦੇ ਹੋ। ਵਧੀਆ ਸੋਲਿਡ ਸਾਰਾ ਵੁੱਡਨ ਦਾ ਕੰਮ ਹੋਇਆ ਇੱਥੇ ਪੋਲਿਸ਼ ਕਰਕੇ। ਐਂਟਰ ਕਰਕੇ ਇੱਕ ਸਪੇਸ ਜਿਹੜੀ ਦਿੱਤੀ ਸੀ ਖੁੱਲ੍ਹਾ, ਇਹ ਤੁਸੀਂ ਵੈਸੇ ਰੂਮ ਇੱਕ ਐਂਟਰੀ ਦੇ ਨਾਲ ਕਹਿ ਸਕਦੇ ਹੋ ਉਹਨੂੰ। ਔਰ ਇਸਦੇ ਨਾਲ ਜਿਹੜਾ ਇੱਕ ਜਿਹੜਾ ਡਰਾਇੰਗ ਰੂਮ ਦਿੱਤਾ, ਕਾਫੀ ਸਪੇਸੀਅਸ ਜਿਹੜਾ ਡਰਾਇੰਗ ਰੂਮ ਹੈ ਉਹ ਲਗਭਗ 11x12 ਦੀ ਡਾਇਮੈਂਸ਼ਨ ਦਾ ਇਹ ਜਿਹੜਾ ਡਰਾਇੰਗ ਰੂਮ ਹੋਊਗਾ। ਆ ਲਿਵਿੰਗ ਏਰੀਆ, ਔਰ ਲਿਵਿੰਗ ਏਰੀਆ ਦੇ ਨਾਲ ਜਿਹੜਾ ਕੋਮਨ ਇੱਕ ਵਾਸ਼ਰੂਮ ਇੱਥੇ ਪ੍ਰੋਵਾਈਡ ਕਰਵਾਇਆ ਗਿਆ।
ਆਪਣਾ ਫਸਟ ਬੈਡਰੂਮ ਜਿਹੜਾ ਲਗਭਗ 13x11 ਦੀ ਡਾਇਮੈਂਸ਼ਨ ਦਾ ਜਿਹੜਾ ਇਹ ਬੈਡਰੂਮ ਹੋਊਗਾ। ਆਹ ਤੁਸੀਂ ਦੇਖ ਸਕਦੇ ਹੋ ਜਿਹੜਾ ਬੈੱਡ ਇੱਥੇ ਨਾਲ ਅਟੈਚ ਕੀਤਾ ਹੋਇਆ, ਔਰ ਸਟੋਰ ਜਿਹੜਾ ਕਾਫੀ ਸਪੇਸੀਅਸ ਜਿਹੜਾ ਸਟੋਰ ਇੱਥੇ ਕਾਫੀ ਖੁੱਲ੍ਹਾ ਜਿਹੜਾ ਦਿੱਤਾ ਗਿਆ ਹੈ। ਸੈਕਿੰਡ ਬੈੱਡਰੂਮ ਲਗਭਗ 11x12 ਦੀ ਡਾਇਮੈਂਸ਼ਨ ਦਾ ਜਿਹੜਾ ਇਹ ਬੈੱਡਰੂਮ ਹੋਊਗਾ, ਇਸ ਦੇ ਨਾਲ ਹੀ ਜਿਹੜੀ ਇੱਥੇ ਸਪੇਸ ਦਿੱਤੀ ਗਈ ਹੈ ਉਹ ਟੇਸ ਦਿੱਤਾ ਗਿਆ, ਇਹਦੇ ਅੰਦਰ ਲਾਈਟਿੰਗ ਵਾਸਤੇ ਔਰ ਵੈਂਟੀਲੇਸ਼ਨ ਵਾਸਤੇ ਜਿਹੜਾ ਇੱਥੇ ਸਪੇਸ ਇਹ ਦਿੱਤੀ ਗਈ ਹੈ ਵਿੰਡੋ ਦੇ ਨਾਲ। ਆਊਟਸਾਈਡ ਤੋਂ ਜਿਹੜਾ ਟੈਰ ਫਸਟ ਫਲੋਰ ਵਾਸਤੇ ਜਿਹੜੀ ਰੇਲਿੰਗ ਪ੍ਰੋਪਰ ਦਿੱਤੀ ਗਈ ਟਫਨ ਗਲਾਸ ਦੇ ਨਾਲ, ਪੱਥਰ ਦਾ ਸਾਰਾ ਇੱਥੇ ਕੰਮ ਕੀਤਾ ਗਿਆ ਸਿੰਗਲ ਮੋਲਡਿੰਗ ਦੇ ਨਾਲ, ਉੱਪਰ ਜਿਹੜੀ ਮੋਂਡੀ ਬਣਾਈ ਗਈ ਹੈ। ਔਰ ਜਿਹੜਾ ਕਿਚਨ ਦਾ ਏਰੀਆ ਤੁਹਾਨੂੰ ਮੈਂ ਦਿਖਾ ਦਿਆਂ, ਕਾਫੀ ਖੁੱਲ੍ਹੀ ਜਿਹੜੀ ਇੱਥੇ ਕਿਚਨ ਜਿਹੜੀ ਵਿਜੀਬਿਲਟੀ ਪ੍ਰੋਪਰ ਇੱਥੇ ਜਿਹੜੀ ਬਣੀ ਰਹਿੰਦੀ ਹੈ ਗੇਟ ਵਾਲੇ ਪਾਸੇ ਨੂੰ, ਕਾਫੀ ਵਾਈਟ ਜਿਹੜੀ ਇਹ ਕਿਚਨ। ਆ ਵੱਡੇ ਮਰਲੇ 16 ਦੇ ਵਿੱਚ ਜਿਹੜਾ ਹਾਊਸ ਸਥਿਤ ਹੈ। ਜਿਹੜੇ ਵੀਰ ਮੇਰੇ ਇੰਟਰਸਟਿਡ ਆ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਇਸਦੀ ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਜਿਹੜੀ ਕੀਮਤ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਕਿਸੇ ਵੀ ਤਰੀਕੇ ਦੀ ਪ੍ਰੋਪਰਟੀ ਸੇਲ ਕਰਨੀ ਹੋ ਤਾਂ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਕੰਟੈਕਟ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ। ਧੰਨਵਾਦ।